ਕੀ ਫਤਿਹ ਗੁਰਪੁਰਬ ਦੇ ਇਸ ਪਾਵਨ ਮੌਕੇ ਤੇ ਤੁਹਾਨੂੰ ਸਾਰਿਆਂ ਨੂੰ ਸਰਵ ਹਿਊਮੈਨਿਟੀ ਸਰਵ ਗੋਡ ਦੀ ਗਰਾਊਂਡ ਟੀਮ ਵੱਲੋਂ ਲੱਖ ਲੱਖ ਵਧਾਈ ਹੋਵੇ। ਜਿੱਦਾਂ ਕਿ ਅਸੀਂ ਆਪਣੀ ਤੁਹਾਡੀ ਗੱਲ ਕਰੀਏ ਤੇ ਆਪਣੇ ਵਾਸਤੇ ਡਿਜ਼ਨੀਲੈਂਡ ਅਸੀਂ ਉੱਥੇ ਜਾਈਏ ਤਾਂ ਸਾਨੂੰ ਕਿੰਨੀ ਜ਼ਿਆਦਾ ਖੁਸ਼ੀ ਮਿਲੇ, ਸਾਡੇ ਵਾਸਤੇ ਇੱਕ ਬਹੁਤ ਲਗਜ਼ਰੀ ਵਾਲੀ ਗੱਲ ਹੋਏਗੀ। ਜਿਸ ਤਰ੍ਹਾਂ ਡਿਜ਼ਨੀਲੈਂਡ ਸਾਡੇ ਵਾਸਤੇ ਇੱਕ ਲਗਜ਼ਰੀ ਵਾਲੀ ਗੱਲ ਹੈ, ਉਸੇ ਤਰੀਕੇ ਨਾਲ ਅੱਜ ਇਹ ਬੱਚੇ ਜਿਹੜੇ ਕਿ ਇੱਥੇ ਸਰਾਜ ਦੇ ਡਿਪਰੈਸਿੰਗ ਮਾਹੌਲ ਤੋਂ ਅਸੀਂ ਇਹਨਾਂ ਨੂੰ ਜ਼ੂ 'ਚ ਲੈ ਕੇ ਆਏ, ਇਹਨਾਂ ਵਾਸਤੇ ਇਹ ਉਹੀ ਲਗਜ਼ਰੀ ਵਾਲੀ ਗੱਲ ਹੈ। ਸਾਡੇ ਨਾਲ ਤਕਰੀਬਨ 70 ਬੱਚੇ ਹੈਗੇ ਨੇ, ਉਹਨਾਂ 70 ਬੱਚਿਆਂ ਵਿੱਚ ਜਿਹੜੇ 50 ਬੱਚੇ ਨੇ ਇਹ ਔਰਫਨਸ ਨੇ ਜਾਂ ਤਾਂ ਇਹ ਪੇਸ਼ੈਂਟਸ ਨੇ, ਆਪ ਕਿਡਨੀ ਪੇਸ਼ੈਂਟ ਨੇ, ਕੈਂਸਰ ਪੇਸ਼ੈਂਟ ਨੇ, ਜਾਂ ਫਿਰ ਇਹਨਾਂ ਦੇ ਜਿਹੜੇ ਪੇਰੈਂਟਸ ਨੇ ਉਹ ਉੱਥੇ ਐਜ਼ ਏ ਪੇਸ਼ੈਂਟਸ ਐਡਮਿਟ ਹੈਗੇ ਨੇ। ਇਹ 50 ਬੱਚਿਆਂ ਦੇ ਇਲਾਵਾ ਸਾਡੇ ਨਾਲ ਦਿੱਲੀ ਜੈਨੋਸਾਈਡ ਤੋਂ ਵੀ 20 ਹੋਰ ਬੱਚਿਆਂ ਨੇ ਜੁਆਇਨ ਕੀਤਾ ਹੈ, ਜਿਨ੍ਹਾਂ ਨੂੰ ਅਸੀਂ ਆਪਣੇ ਨਾਲ ਇੱਥੇ ਲੈ ਕੇ ਆਏ ਹਾਂ। ਇਹਨਾਂ ਦੇ ਇਲਾਵਾ ਸਾਡੇ ਨਾਲ ਇੱਕ ਹੋਰ NGO ਹੈ, ਹੈਲਪਿੰਗ ਹੈਂਡਸ, ਉਹਨਾਂ ਨੇ ਵੀ ਸਾਨੂੰ ਅੱਜ ਇਸ ਮੌਕੇ ਤੇ ਜੁਆਇਨ ਕੀਤਾ ਹੈ। ਦੋਸਤੋ, ਹੈਲਪਿੰਗ ਹੈਂਡਸ ਤੋਂ ਰਸਨਾ ਮੈਮ, ਵਿਕਾਸ ਸਰ ਆਪਣੇ ਨਾਲ ਜੁੜੇ ਹਨ, ਵੀ ਆਰ ਵੈਰੀ ਵੈਰੀ ਗ੍ਰੇਟਫੁਲ ਟੂ ਦੈਮ। ਇਹ ਬੱਚੇ ਆ ਜਿਹੜੇ, ਇਹਨਾਂ ਲਈ ਇਹ ਬਹੁਤ ਵੱਡੀ ਗੱਲ ਹੈ ਜ਼ੂ 'ਚ ਘੁੰਮਣ ਆਉਣਾ, ਇੱਕ ਆਊਟਿੰਗ ਕਰਨਾ ਨਾਲ। ਅਸੀਂ PGI ਗੁਰਦੁਆਰਾ ਕਮੇਟੀ ਦੇ ਵੀ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹੈ, ਜਿਨ੍ਹਾਂ ਨੇ ਸਤਰਾਂ ਦੀ ਵੀ ਲੋੜ ਪਈ ਹੈ ਉਹਨਾਂ ਨੇ ਵੱਧ ਚੱਡ ਕੇ ਸਾਡੀ ਪੂਰੀ ਮਦਦ ਕੀਤੀ ਹੈ। ਬੱਚਿਓ, ਅੱਜ ਤੁਹਾਨੂੰ ਇੱਥੇ ਆਇਆ ਕਿੱਦਾਂ ਦਾ ਲੱਗਾ? ਬਹੁਤ ਵਧੀਆ। ਦੋਸਤੋ, ਮੈਂ ਇਸੇ ਨਾਲ ਤੁਹਾਨੂੰ ਦੁਬਾਰਾ ਸਾਰਿਆਂ ਨੂੰ ਇੱਕ ਵਾਰ ਮੁਬਾਰਕਬਾਦ ਦੇਣਾ ਚਾਹੂੰਗਾ ਗੁਰੂ ਨਾਨਕ ਦੇਵ ਜੀ ਦੇ ਬਰਥਡੇ ਦੀ। ਥੈਂਕ ਯੂ ਸੋ ਮਚ।